ਪੰਜਾਬ ਸਰਕਾਰ ਇੱਕ ਪਾਸੇ ਆਪਣੀ ਬੈਟਕਾ ਕਰ ਰਹੀ ਹੈ ਆਪਣੇ ਸੰਗਠਨ ਨੂੰ ਮਜ਼ਬੂਤ ਕਰੇ ਲੇਕਿਨ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਵੱਲੋਂ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਲੜੀ ਹੈ ਕਿ ਜਿਹੜੇ ਕਿ ਖੁਲਾਸੇ ਪੰਜਾਬ ਸਰਕਾਰ ਦੇ ਲਗਾਤਾਰ ਕਰੂਗੀ ਪਹਿਲੀ ਉਸ ਲੜੀ ਦੇ ਤਹਿਤ ਅਜ ਪਹਿਲਾ ਇਲਜ਼ਾਮ ਜਿਹੜਾ ਕਿ ਅੱਜ ਐਨ ਕੇ ਸ਼ਰਮਾ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਲਾਇਆ ਗਿਆ ਸ਼ਰਮਾ ਜੀ ਤੁਸੀਂ ਕਹਿ ਰਹੇ ਹੋ ਕਿ ਕਪਲਾ ਕਰਦੀ ਹੈ ਸਰਕਾਰ ਕਿਹੜਾ ਕਪਲਾ ਤੁਸੀਂ ਅੱਜ ਜਿਹੜਾ ਕਿ ਹੈ ਸਰਕਾਰ ਦਾ ਉਜਾਗਰ ਕਰਨ ਜਾਂ ਲੋ ਤੁਸੀਂ ਦੇਖੋ ਵੀ ਇੱਕ ਪਾਸੇ ਲੋਕਾਂ ਦਾ ਧਿਆਨ ਕਦੇ ਵਿਕਰਮਜੀ ਦਾ ਨਾਮ ਲੈ ਕੇ ਕਦੇ ਗੁੜ ਦੀ ਗੱਲ ਕਦੇ ਮੰਝਿਆਂ ਦੀ ਗੱਲ ਕਦੇ ਬਰਸੀਨ ਦੀ ਗੱਲ ਕਰਕੇ ਲੋਕਾਂ ਨੂੰ ਜਿਹੜਾ ਮੂਰਖ ਬਣਾਇਆ ਜਾ ਰਿਹਾ ਦੂਸਰੇ ਪਾਸੇ ਸਰਕਾਰ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਹੈ ਤੇ ਤੁਸੀਂ ਦੇਖੋ ਵੀ ਇੱਕ ਪਾਸੇ ਹੋਲਡਿੰਗ ਲੱਗੇ ਹੋਈਆਂ ਮੇਰੇ ਹਲਕੇ 'ਚ ਭੰਖਰਪੁਰ ਦੇ ਸਾਹਮਣੇ ਬੜਾ ਸਾਰਾ ਹੋਲਡਿੰਗ ਲੱਗਿਆ ਹੋਇਆ ਵੀ ਰੇਤ ਮਾਫੀਆ ਖਤਮ ਤੇ ਨਾਲੇ ਲੱਗਦੀ ਭੰਖਰਪੁਰ ਦੀ ਸ਼ਾਮਲਾੜ ਤੋਂ ਟਰੱਕਾਂ ਦਾ ਲਾਰਾ ਪਿਆ ਹੋਇਆ ਤੇ ਉੱਧਰ ਮਵਾਰ ਇੱਥੇ ਪੀਰਮਛਾਲੇ ਦੀ ਜਿਹੜੀ ਜੰਗਲ ਦੀ ਜਗ੍ਹਾ ਉਹਦੇ ਚ ਰਿੱਤਾ ਪੱਟ ਪੱਟ ਕੇ ਜਿਹੜਾ ਵੇਚਿਆ ਜਾ ਰਿਹਾ ਹੈਗਾ ਫਿਰ ਦੂਸਰਾ ਵੱਡਾ ਤੁਸੀਂ ਦੇਖੋ ਵੀ ਕਪੜਾ ਸਟਾਰਟ ਕਰਿਆ ਪੂਰੇ ਪੰਜਾਬ 'ਚ ਜਿਹੜੀਆਂ ਜਰਨਲ ਲਾਈਟਾਂ ਸੀਗੀਆਂ ਇਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ LED ਕਰਨੀਆਂ ਇਹਦੇ ਨਾਲ ਇਲੈਕਟ੍ਰਿਸਿਟੀ ਜਿਹੜੀ ਸੇਵਿੰਗ ਹੋਊਗੀ ਸਾਰੀਆਂ ਕੌਂਸਲਾਂ ਤੋਂ ਅਧਿਕਾਰ ਲੈ ਕੇ ਲੋਕਲ ਬਾਡੀ ਮਿਨਿਸਟਰੀ ਨੇ ਇੱਕ ਟੈਂਡਰ ਜਿਹੜਾ ਮਿਲ ਕੇ ਅਲਾਟ ਕਰ ਦਿਆ ਔਰ ਉਸ ਇਹ ਜੇ ਇੱਕ ਕਲਸਟਰ ਦੀ ਗੱਲ ਕਰਾਂ ਪਟਿਆਲਾ ਕਲਸਟਰ ਚ 29 ਮਿਊਨਿਸਪਲਟੀਆਂ ਦੇ ਅੰਦਰ 7444 ਜਿਹੜੀ ਸਟਰੀਟ ਲਾਈਟਾਂ ਉਹ ਚੇਂਜ ਕਰਨ ਦਾ ਜਿਹੜਾ ਆ ਐਗਰੀਮੈਂਟ ਕਰਿਆ ਮੈਂ ਸੂਰੀਆ ਰੋਸ਼ਨੀ ਲਿਮਟਿਡ ਕੰਪਨੀ ਤੋਂ ਇਹਦੀ ਜਿਹੜੀ ਕੋਟੇਸ਼ਨ ਲਈ ਆ ਜਿਹੜਾ ਕਿ 4 ਕਰੋੜ 39 ਲੱਖ 35415 ਰੁਪਏ ਦੀਆਂ ਲਾਈਟਾਂ ਜਿਹੜੀਆਂ ਇਹਨਾਂ ਨੇ 29 ਉਸ ਚ ਚੇਂਜ ਕੀਤੀਆਂ ਔਰ 1 ਕਰੋੜ ਰੁਪਿਆ ਤਕਰੀਬਨ ਫਿਟਿੰਗ ਦਾ ਖਰਚਾ 2 ਕਰੋੜ ਰੁਪਿਆ ਮੈਂਟੇਨੈਂਸ ਦਾ ਖਰਚਾ ਕੁਝ ਹੋਰ ਖਰਚੇ ਲਾ ਕੇ 9 ਕਰੋੜ ਰੁਪਏ ਬਣਦਾ ਸੀਗਾ 3 ਕਰੋੜ 30 ਲੱਖ ਰੁਪਏ ਦਾ ਇਹਨਾਂ ਦੇ ਐਗਰੀਮੈਂਟ ਚ ਲਿਖਿਆ ਹੋਇਆ ਹੈਗਾ ਜੇ ਮੈਂ ਦਿਖਾਵਾਂ ਕਿ ਜਿਹੜੀਆਂ ਪੁਰਾਣੀਆਂ ਲਾਈਟਾਂ ਜਿਨ੍ਹਾਂ ਚ LED ਲਾਈਟਾਂ ਵੀ ਸੀਗੀਆਂ ਬਹੁਤ ਸਾਰੀਆਂ ਸਟੈਂਡਰਡ ਕੰਪਨੀ ਦੀ ਵਿਪਰੋ ਵਰਗੀਆਂ ਦੀਆਂ ਲਾਈਟਾਂ ਸੀਗੀਆਂ ਜੀਰਕ ਪਰਚ ਤੇ ਉਹ ਲਾਈਟਾਂ ਦੀ ਕੋਸਟ 3 ਕਰੋੜ 30 ਲੱਖ 84000 ਰੁਪਏ ਮਤਲਬ 6 ਕਰੋੜ ਰੁਪਏ ਇਨਵੈਸਟਮੈਂਟ ਟੋਟਲ ਉਸ ਕੰਪਨੀ ਨੇ ਇਹ 29 ਮਿਊਨਿਸਪਲਟੀਆਂ ਦੇ ਅੰਦਰ ਕੀਤੀ 9 ਕਰੋੜ ਦੇ ਕਰੀਬ ਦਾ ਖਰਚਾ ਸੀਗਾ 3 ਕਰੋੜ ਦੇ ਕਰੀਬ ਜਿਹੜੇ ਕਿ ਵਾਪਸ ਆਣਾ ਸੀਗਾ 6 ਕਰੋੜ ਦੇ ਕਰੀਬ ਖਰਚਾ ਨੈਟ ਪੈਣਾ ਸੀਗਾ ਸਰਕਾਰ ਨੂੰ 6 ਕਰੋੜ ਰੁਪਏ ਨੈਟ ਠੇਕੇਦਾਰ ਦੀ ਇਨਵੈਸਟਮੈਂਟ ਹੋਈ ਹੈ ਨਾ ਕਮੇਟੀਆਂ 'ਚ ਉਹਦੇ ਬਦਲੇ 'ਚ ਠੇਕੇਦਾਰ ਨੂੰ ਕਿਆ ਦੇ ਰਹੇ ਆ ਉਹਦੇ ਨਾਲ ਕਿੱਡੀ ਵੱਡੀ ਮਿਲੀ ਭੁਗਤ ਹੋਈ ਆ ਪਹਿਲੇ ਸਾਲ ਹੀ 12 ਕਰੋੜ 88 ਲੱਖ ਰੁਪਏ ਦੂਸਰੇ ਸਾਲ 13 ਕਰੋੜ 35 ਲੱਖ ਤੀਸਰੇ ਸਾਲ 13 ਕਰੋੜ 84 ਲੱਖ ਚੌਥੇ 14 ਕਰੋੜ 34 ਲੱਖ ਪੰਜਵੇਂ ਸਾਲ 14 ਕਰੋੜ 34 ਲੱਖ ਜੇ ਮੈਂ ਟੋਟਲ ਲਾ ਦੇ ਇਹ ਕਿਸ ਚੀਜ਼ ਦੀ ਹੈ ਹਰ ਸਾਲ ਕਿਸ ਚੀਜ਼ ਦੇ ਦੇ ਦਿੱਤਾ ਜਾਂਦਾ ਹੈ ਹਰ ਸਾਲ ਕਿਸ ਚੀਜ਼ ਇਹ ਕਹਿੰਦੇ ਆ ਵੀ એનર્ਜੀ ਸੇਵਿੰਗ ਹੋਣੀ ਆ ਕਿਉਂਕਿ ਐਲਈਡੀ ਲਾਤੀ એનર્ਜੀ ਜਿਹੜੀ ਘੱਟ ਲਗਣੀ ਆ ਬਿਜਲੀ ਉਸ એનર્ਜੀ ਸੇਵਿੰਗ ਦਾ ਜਿਹੜਾ 85% ਪੈਸਾ ਹੈਗਾ ਉਹ ਉਸ ठेकेदार ਨੂੰ ਦੇਣਾ ਔਰ ਬਕਾਇਦਾ ਐਗਰੀਮੈਂਟ ਦੇ ਅੰਦਰ ਕੀਮਤ ਲਿਖੀ ਹੋਈ ਆ ਉਹ ਟੋਟਲ ਕੀਮਤ 152 ਕਰੋੜ 30 ਲੱਖ ਰੁਪਏ ਮਤਲਬ ਕਿ 6 ਕਰੋੜ ਸਮਥਿੰਗ ਦਾ ਖਰਚਾ ਸੀਗਾ ਮਤਲਬ ਇੱਕ ਕਲਸਟਰ ਚ 6 ਕਰੋੜ ਰੁਪਏ ਇਨਵੈਸਟਮੈਂਟ ਕਰੋ ਤੇ 152 ਕਰੋੜ 30 ਲੱਖ ਰੁਪਏ ਤੁਸੀਂ ਲਿਓ ਜੇ ਇਸ ਤਰ੍ਹਾਂ ਦੇ 10 ਕਲਸਟਰਾਂ ਦੀ ਗੱਲ ਕਰ ਲਈਏ ਕਿਉਂਕਿ ਆਰਟੀਆਈ ਚ ਮੈਨੂੰ ਇੱਕ ਕਲਸਟਰ ਦੀ ਉਹ ਜਿਹੜੇ ਐਗਰੀਮੈਂਟ ਉਹ ਮਿਲਿਆ ਅਡਾ ਘਟਾਲਾ ਲੋਕਲ ਬੋਡੀ ਮਨਿਸਟਰ ਡਾਇਰੈਕਟਰ ਔਰ ਹਲਕਾ ਇੰਚਾਰਜ ਔਰ ਇਹਨਾਂ ਨੇ ਰਲ ਕੇ ਇੱਕ ਕੀਤਾ ਕੈਮਰਾਮਨਤਰ ਅਮੀਰਦਰਨ ਅਨਮੋਲ ਗੁਲਾਟੀ ਜ਼ੀ ਮੀਡੀਆ ਚੰਡੀਗੜ੍ਹ